वाहिगुरु जी का खालसा वाहिगुरु जी की फतेह। तुसीं देख रहे हो दिवदमन टीवी चैनल। सो पहलियां भी सरकार आईयां ते अज दी जिहड़ी है समय दी सरकार जिहड़ी आ, सो तुसीं बहुत कुछ जिहड़ा क्राइम जिहड़ा पकड़ हो रहा ते अज असीं महतपुर दे विच खड़े आ थाणे दे विच, जिसे कि तुसीं देख रहे साडे पिछले पासे नकली सीमेंट जिहड़ा ओह फड़िया होया। भाई भाई साहब नाल दी मुलाकात करवाउण दा जतन करदे आ। भाई जिहड़ा नकली सीमेंट फड़िया वा, इह किवें तुहानूं पता लगा वी इह नकली सीमेंट ਹੈ? ਸਰ ਅਸੀਂ ਐਕਚੁਅਲੀ ਅਲਟਰਾਟੈਕ ਕੰਪਨੀ ਤੋਂ ਇਸ ਵੈਰੀਫਾਈਡ ਜਿਹੜਾ ਸੀਮੈਂਟ ਹੁੰਦਾ ਹੈ, ਸਾਨੂੰ ਟ੍ਰੇਨਿੰਗ ਮਿਲੀ ਹੋਈ ਹੈ। ਅਸੀਂ ਜਿਹੜਾ ਵੱਖ ਵੱਖ ਦੱਸ ਦਿੰਦੇ ਹਾਂ ਕਿ ਬੈਗ ਦੇਖ ਕੇ ਕਿ ਵੀ ਕਿਹੜਾ ਨਕਲੀ ਹੈ ਤਾਂ ਕਿਹੜਾ ਓਰੀਜਨਲ ਸੀ। ਜਦੋਂ ਇਹ ਵਾਲੀ ਬੈਗ ਦੀ ਅਸੀਂ ਭੌਤਿਕ ਪਰੀਖਣ ਕੀਤਾ, ਸਾਨੂੰ ਪਤਾ ਲੱਗਿਆ ਕਿ ਵੀ ਇਹ ਬੈਗ ਓਰੀਜਨਲ ਨਹੀਂ ਹੈਗਾ ਕੰਪਨੀ ਦਾ ਤੇ ਇਹ ਨਕਲੀ ਹੈਗਾ। ਤੇ ਇਹਦੇ ਤੇ ਜਿਹੜੀ ਕੰਪਨੀ ਦੀ ਬੈਚ ਨੰਬਰ ਵਗੈਰਾ ਦੀ ਪ੍ਰਿੰਟਿੰਗ ਹੁੰਦੀ ਹੈ ਉਹ ਐਕਚੁਅਲ ਪ੍ਰੋਡਕਟ ਤੋਂ ਬਿਲਕੁਲ ਡਿਫਰੈਂਟ ਹੈ ਤੇ ਉਹ ਓਰੀਜਨਲ ਨਹੀਂ ਹੈ। ਕੰਪਨੀ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਵੱਖਰੀ ਹੁੰਦੀ ਹੈ ਤੇ ਇਹਨਾਂ ਤੇ ਜਿਹੜੀ ਪ੍ਰਿੰਟਿੰਗ ਹੈ ਉਹ ਆਫਟਰ ਮਾਰਕੀਟ ਹੈਗੀ ਹੈ, ਕੰਪਨੀ ਦੀ ਨਹੀਂ ਹੈ। ਤੁਸੀਂ ਸਰਕਾਰ ਵੱਲੋਂ ਹੁੰਨੇ ਆ, ਸਰਕਾਰੀ ਇਦਾਰੇ ਵੱਲੋਂ ਕਿ ਜਾਂ ਪ੍ਰਾਈਵੇਟ? ਨਹੀਂ ਨਹੀਂ ਅਸੀਂ ਅਲਟਰਾਟੈਕ ਕੰਪਨੀ ਦੇ ਆਥੋਰਾਈਜ਼ਡ ਮੁਲਾਜ਼ਮ ਹੁੰਦੇ ਆ। ਇਹ ਕੰਪਨੀ ਸਾਨੂੰ ਕੰਟਰੈਕਟ ਦੇ ਕੇ ਭਈ ਕਹਿੰਦੇ ਜਿਹੜੇ ਮਾਰਕੀਟ ਨਕਲੀ ਬਣਾ ਰਹੇ ਸਾਨੂੰ ਟ੍ਰੇਨ ਕਰਕੇ, ਅਸੀਂ ਮਾਰਕੀਟ 'ਚ ਸਰਵੇ ਕਰਦੇ ਆ ਤੇ ਜਿਹੜਾ ਨਕਲੀ ਬਣਾਉਂਦਾ ਉਹਦੇ ਅਗੇਂਸਟ ਪੁਲਿਸ ਦੇ ਵਿੱਚ ਕਾਰਵਾਈ ਕਰਨ ਦੀ ਜਿਹੜਾ ਅਸੀਂ ਦਰਖਾਸਤ ਦਿੰਦੇ ਆ। ਤੁਹਾਡਾ ਮਹਿਤਪੁਰ ਦੇ ਵਿੱਚ ਡਿਸਟ੍ਰੀਬਿਊਟਰ ਹੈ ਜਿਹੜਾ ਅਸਲੀ ਅਸਲੀ ਜਿਹਨੂੰ ਤੁਸੀਂ ਦਿੰਦੇ ਆ ਉਹ ਕੌਣ ਆ? ਉਹ ਸਰ ਪਿੰਪਿਨ ਆ, ਬਟ ਸਾਡੀ ਸੇਲਸ ਟੀਮ ਜਿਹੜੀ ਆ ਉਹ ਵੱਖਰੀ ਹੁੰਦੀ ਹੈ। ਪਰ ਸਾਡਾ ਜਿਹੜਾ ਕੰਮ ਆ ਉਹ ਐਕਚੁਅਲੀ ਸਿਰਫ ਸਟੇਟ ਟੂ ਸਟੇਟ ਜਿਹੜਾ ਜਾ ਕੇ ਜਿਹੜੇ ਨਕਲੀ ਬਣਾਉਂਦੇ ਆ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਉਣਾ, ਪੁਲਿਸ ਦੇ ਵਿੱਚ ਹੈਲਪ ਲੈ ਕੇ ਉਹਨਾਂ ਤੇ ਕਾਰਵਾਈ ਕਰਾਉਣਾ। ਤੇ ਜਿਹੜਾ ਐਕਚੁਅਲ ਜਿਹੜੇ ਸਾਰਾ ਉਹ ਸੇਲਸ ਟੀਮ ਸਾਡੀ ਵੱਖਰੀ ਹੁੰਦੀ ਆ, ਅਸੀਂ ਇੱਕ ਤਰੀਕੇ ਦਾ ਫਲਾਇੰਗ ਸਕੁਆਡ ਹੀ ਹੋਇਆ ਬਸ। ਇਹ ਕਿਹਦੇ ਕੋਲੋਂ ਫੜਿਆ ਹੋਇਆ ਤੁਸੀਂ? ਇਹ ਸਰ ਮੇਦਪੁਰ ਬੱਸ ਸਟੈਂਡ ਦੇ ਕੋਲ ਜਿਹੜਾ ਵਾ ਇੱਕ ਟੁਰਨਾ ਕਰਕੇ ਨਾਮ ਸੀਮਟ ਸਟੋਰ ਆ, ਉਹਦੇ ਕੋਲ ਅਸੀਂ ਫੜਿਆ ਵਾ। ਹੁਣ ਪੁਲਿਸ ਕਾਰਵਾਈ ਕਰੂਗੀ ਇੱਥੇ? ਹਾਂਜੀ ਸਰ, ਕਾਰਵਾਈ ਪ੍ਰੋਪਰ ਹੋਏਗੀ ਜਿਹੜੀ ਉਹਨਾਂ ਦੀ ਪੁਲਿਸ ਦੀ ਵੱਖ ਵੱਖ ਧਾਰਾ ਪੈਂਦੀ ਆ ਉਹਦੇ ਮੁਤਾਬਿਕ ਇੱਥੇ ਐਫ ਆਈ ਰਜਿਸਟਰ ਹੋਏਗੀ ਸਰ। ਆਮ ਪਬਲਿਕ ਨੂੰ ਜਾਗਰੂਕ ਕਰਨ ਵਾਸਤੇ ਕੁਝ ਕਹਿਣਾ ਚਾਹੁੰਦੇ ਹੋ? ਕਿਉਂਕਿ ਘਰ ਬੰਦਾ ਸਾਰੀ ਜ਼ਿੰਦਗੀ ਵਿੱਚ ਇੱਕੋ ਵਾਰੀ ਬਣਾਉਂਦਾ, ਨਕਲੀ ਸੀਮੈਂਟ ਲਾ ਕੇ ਤੇ ਉਹ ਜਿਹੜਾ ਘਰ ਉਹਦਾ ਵਿਚਾਰੇ ਦਾ ਮਿੱਟੀ ਹੋ ਸਕਦਾ ਹੈ। ਨਹੀਂ ਸਰ, ਬਸ ਇਹੀ ਕਹਿਣਾ ਚਾਹੁੰਦੇ ਵੀ ਆਪ ਤੁਸੀਂ ਜਿਹੜਾ ਪ੍ਰੋਪਰ ਕੌਸ਼ੀਅਸ ਰਹੋ, ਬਿੱਲ ਦੇ ਉੱਤੇ ਇਨਸਿਸਟ ਕਰੋ ਹਮੇਸ਼ਾ ਕਿ ਵੀ ਸਾਨੂੰ ਪੱਕਾ ਬਿੱਲ ਚਾਹੀਦਾ ਹੈ। ਥੋੜੇ ਪੈਸੇ ਪਿੱਛੇ ਵੀ ਤੁਸੀਂ ਬਿੱਲ ਬੁੱਲ ਬਚਾਉਣ ਦੇ ਵੀ GST ਵੱਧ ਜਾਊਗੀ ਜਾਂ ਕੁਛ ਇਹ ਹੋ ਜਾਏਗਾ, ਤਾਂ ਟੈਕਸਿਸ ਬਚਾਉਣ ਦੇ ਲਈ ਤੁਸੀਂ ਸਸਤੇ ਵੱਲ ਨਾ ਟੁਰੋ, ਹਮੇਸ਼ਾ ਪ੍ਰੋਪਰ ਆਥੋਰਾਈਜ਼ ਜਿਹੜਾ ਬਿੱਲ ਹੁੰਦਾ ਉਹ ਲੈ ਕੇ ਇਨਸਿਸਟ ਕਰੋ ਤੇ ਤੁਹਾਨੂੰ ਮੈਕਸਿਮਮ ਟਾਈਮ ਜਿਹੜਾ ਵਾ ਓਰੀਜਨਲ ਹੀ ਮਿਲੂਗਾ, ਕਿਉਂਕਿ ਇਹੀ ਸੋਚਾ। ਸੋ ਇਹ ਨਕਲੀ ਜਿਹੜਾ ਸੀਮੈਂਟ ਅੱਜ ਮਹਿਤਪੁਰ ਦੇ ਵਿੱਚ ਫੜਿਆ ਗਿਆ, ਭਾਈ ਸਾਹਿਬ ਅਸਲੀ ਸੀਮੈਂਟ ਔਰ ਵਧੀਆ ਸੀਮੈਂਟ ਜਿਹੜਾ ਆਪਣੇ ਘਰਾਂ ਨੂੰ ਵਰਤੋ, ਨਕਲੀ ਸੀਮੈਂਟ ਦੀ ਜਿਹੜੀ ਵਰਤੋਂ ਨਾ ਕਰੋ। ਤੁਸੀਂ ਦੇਖ ਰਹੇ ਹੋ ਦੀਪਦਮਨ ਟੀਵੀ ਚੈਨਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਸੀਂ ਨਾ ਫਿਲਹਾਲ ਤੇ ਅਸੀਂ ਕਰਨ ਡਿਆ ਇਹਨਾਂ ਕੋਲ ਪੁੱਛ ਕੇ ਵੀ ਇਹ ਤਫਤੀਸ਼ ਦੀ ਕਰਾਂਗੇ, ਫਿਰ ਇਹਦੇ ਨਮੂਨੇ ਕੱਢ ਕੇ ਭੇਜਾਂਗੇ। ਜੇ ਪਹਿਲਾਂ ਅਸੀਂ ਇਹਦਾ ਪਰਚਾ ਵੀ ਅਸੀਂ ਜਿਹੜਾ ਦਰਜ ਕਰ ਰਹੇ ਹਾਂ, ਜਿਹੜੇ ਜਿਹੜੇ ਬੰਦੇ ਜਾਲੀ ਸੀਮੈਂਟ ਵੇਚ ਰਹੇ ਆ, ਉਹ ਕੰਪਨੀ ਦੇ ਬੰਦਿਆਂ ਨੇ ਸਾਨੂੰ ਦੱਸਿਆ ਵੀ ਇਹ ਸੀਮੈਂਟ ਜਿਹੜਾ ਅਲਟਰਾਟੈਕ ਸੀਮੈਂਟ ਆ ਇਹ ਸਾਡੀ ਕੰਪਨੀ ਦਾ ਨਿਗਾ, ਇਹ ਬੰਦੇ ਕੁਝ ਵਿੱਚ ਮਿਲਾਵਟ ਕਰਕੇ ਕੇਸਵਾ ਜੋ ਵੀ ਹੈਗਾ ਕੂੜਾ ਕਰਕਟ ਉਹ ਪਾਉਂਦੇ ਆ। ਜਦਕਿ ਕਈ ਵਾਰ ਆਪਾਂ ਨੂੰ ਇਹ ਪਤਾ ਲੱਗਾ ਵੀ ਕਿੰਨੇ ਹਾਦਸੇ ਹੋ ਚੁੱਕੇ, ਕੋਈ ਪੁਲ ਡਿੱਪਿਆ, ਕੋਈ ਬਿਲਡਿੰਗ ਡਿੱਗੀ, ਕਿੰਨਾ ਨੁਕਸਾਨ ਹੋ ਚੁੱਕਾ। ਇਸ ਤਰ੍ਹਾਂ ਦੀ ਜ਼ਿੰਮੇਵਾਰ ਬੰਦੇ ਹੁੰਦਾ ਕੋਈ ਵੀ ਹੈਗਾ ਉਹਨੂੰ ਨਹੀਂ ਕਰਨਾ ਚਾਹੀਦਾ, ਤੇ ਕੰਪਨੀ ਦਾ ਵੀ ਜੋ ਸੀਮੈਂਟ ਆ ਉਹ ਵੇਚਣਾ ਚਾਹੀਦਾ। ਅਸੀਂ ਇਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਹੈਗੀ ਆ ਇਹਦੇ ਸੰਬੰਧ ਵਿੱਚ ਬਣਦੀ ਆ ਉਹ ਅਸੀਂ ਕਰ ਰਹੇ ਹਾਂ ਜੀ।